ਅੱਛਾ ਕਿੰਨਾ ਰੇਟ ਹੈ ਦਾ ਗੱਲ ਇਹਦਾ ਰੇਟ ਹੈਗਾ ਜੀ 8,50,000 ਰੁਪਏ 8.5 ਲੱਖ ਰੁਪਏ 1 ਕਰੋੜ 25 ਲੱਖ ਦੀ ਗੱਡੀ ਹੈ ਨਾ ਆਏ ਹਾਏ ਹਾਏ 1.25 ਕਰੋੜ ਵਾਲਾ ਮਾਡਲ ਸਿਰਫ 8,25,000 ਰੁਪਏ ਅੱਜ ਦੀਆਂ ਕਾਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਵੀ ਸਾਰੀਆਂ ਘਰ ਦੀਆਂ ਕਾਰਾਂ ਨੇ ਘਰੇਲੂ ਘਰੇਲੂ ਹਨਾ ਉਰੇ ਬਾਈ ਹੋਰੇ ਬਹੁਤ ਛੱਡ ਕੇ ਵੀ ਗਏ ਨੇ ਕਾਰਾਂ ਬਈ ਹਨਾ ਜਿਨ੍ਹਾਂ ਨੇ ਵੇਚਣੀਆਂ ਨੇ ਕਿਉਂਕਿ ਅੱਜ ਇੱਕ ਮੇਲਾ ਹੀ ਲੱਗਿਆ ਹੈ ਕਾਰਾਂ ਦਾ ਕਾਰਾਂ ਦਾ ਲਗਭਗ 30 ਕਾਰਾਂ ਆਪਣੇ ਲਵੇ ਉਰੇ ਅੱਜ ਖੜੀਆਂ ਆਪਣੇ ਲੋ ਸਟਾਕ ਕਿੰਨੀਆਂ ਕਾਰਾਂ ਦਾ ਵੀਰ ਸਟਾਕ ਅੱਜ ਉਰੇ ਦੀ ਗੱਲ ਨਹੀਂ ਕਰਦੇ ਸਾਰੇ ਹੀ ਟੋਟਲ ਸਟਾਕ ਸਾਡੇ ਕੋਲ ਇਸ ਟਾਈਮ ਲਗਭਗ 150 ਗੱਡੀ ਦਾ 150 ਗੱਡੀ ਲੈ ਵੀ ਅਗਰ 150 ਗੱਡੀ ਦਾ ਸਟਾਕ ਆਪਣੇ ਲਵੇ ਹੈਗਾ ਅਵੇਲੇਬਲ ਆ ਬਾਈ ਜਿੱਦਾਂ ਦੀ ਵੀ ਕੋਈ ਕਾਰ ਲੈਣੀ ਆ ਤੁਹਾਨੂੰ ਬਈ ਹਨਾ ਮਰੂਤੀ ਤੋਂ ਲੈ ਕੇ ਮਰਸਡੀ ਤੱਕ ਤਾਂ ਸਾਰਾ ਕੁਝ ਅਵੇਲੇਬਲ ਹੈ ਫੋਰਚੂਨਰ ਵੀ ਮਿਲ ਜਾਣੀ ਆ ਤੁਹਾਨੂੰ ਜਿਹੜੀ ਮਰਜ਼ੀ ਕੋਈ ਨਵੀਂ ਗੱਡੀ ਵੀ ਖੜੀ ਆ ਉਹ ਵੀ ਤੁਸੀਂ ਲਿਜਾ ਸਕਦੇ ਹੋ ਬਾਈ 2,10,000 ਤੇ 2,000 ਮਾਡਲ 17 ਦੀ ਰਜਿਸਟਰਡ ਆ ਮਾਈਕਰਾ ਆ ਗਈ ਉਸ ਤੋਂ ਬਾਅਦ ਆਪਣੀ ਮਾਈਕਰਾ ਹਾਂਜੀ 2012 ਮਾਡਲ ਜੀ ਹਾਂਜੀ ਵੀਰੇ 2012 ਮਾਡਲ ਇਹ ਦੇ ਦੇਵਾਂਗੇ ਆਪਾਂ 1,90,000 ਰੁਪਏ ਦੀ 1,90 ਦੇ ਵਿੱਚ ਅਲਾਏ ਪਏ ਹੋਏ ਨੇ ਪੰਜਾਬ ਨੰਬਰ ਹੈ ਵੀ ਦੇਖੋ ਸੈਕਿੰਡ ਅਲਟੋ ਦੇ ਰੇਟ ਦੇ ਵਿੱਚ ਤੁਹਾਨੂੰ ਮਾਈਕਰਾ ਦੇ ਰਹੇ ਹਾਂ ਜਿਹੜੀ ਆਪਾਂ ਬਈ ਕਾਰ ਹਨਾ 1,90,000 ਚ ਪੰਜਾਬ ਨੰਬਰ ਦੀ ਕਾਰ ਮੇਨ ਗੱਲ ਬਈ ਹੈ ਇੱਕ ਟਾਈਮ ਇਹ ਜਾਊਗਾ ਬਈ ਹਨਾ ਬਹੁਤਾ ਨਹੀਂ ਲੱਗਦਾ ਮੇਰੇ ਹਿਸਾਬ ਨਾਲ 6 ਮਹੀਨੇ ਲੱਗਦੇ ਨੇ ਵੀ ਦੋ ਘੰਟਿਆਂ ਤੁਹਾਡਾ ਲੋਨ ਕਰਾ ਕੇ ਤੁਹਾਡੇ ਹੱਥ 'ਚ ਗੱਡੀ ਦਾ ਸਟੇਅਰਿੰਗ ਫੜਾ ਦਿਆ ਕਰਾਂਗੇ ਇਹ ਬਸ ਉਹ ਵੀ ਤਾਂ ਅਗਰ ਤੁਸੀਂ ਸਾਥ ਦਿਓਗੇ ਬਈ ਹਨਾ ਹਾਂਜੀ ਮਿੱਤਰੋ ਬਈ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਆ ਤੁਹਾਡਾ ਮਾਈ ਰਾਈਡ ਧੂਰੀ ਪੇ ਦੇ ਉੱਤੇ ਅਤੇ ਧੂਰੀ ਕਾਰ ਬਾਜ਼ਾਰ ਦੇ ਉੱਤੇ ਬਈ ਹਨਾ ਧੂਰੀ ਕਾਰ ਬਾਜ਼ਾਰ ਅੱਜ ਆਪਾਂ ਅਮਰਗੜ੍ਹ ਖੜ੍ਹੇ ਹਾਂ ਬਾਈ ਹੋਰਾਂ ਨੇ ਚੌਥੀ ਬ੍ਰਾਂਚ ਕਰੀ ਹੈ ਕਿਤੇ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਅਤੇ ਬਾਈ ਹੋਰਾਂ ਸਭ ਤੋਂ ਪਹਿਲਾਂ ਦੋ ਵਧਾਈਆਂ ਬਈ ਬਹੁਤ ਨਵੀਆਂ ਨਕੋਰ ਅਤੇ ਸਾਫ਼ ਸੁਥਰੀਆਂ ਕਾਰਾਂ ਅੱਜ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਅੱਜ ਓਪਨਿੰਗ ਸੀ ਬਾਈ ਹੋਰਾਂ ਦੀ ਠੀਕ ਹੈ ਬਾਈ ਅਤੇ ਤੁਸੀਂ ਦੇਖ ਸਕਦੇ ਹੋ ਉੱਧਰ ਬਾਈ ਹੋਰਾਂ ਦਾ ਦਫ਼ਤਰ ਹੈ ਪੁੱਡਾ ਕਲੋਨੀ ਦੇ ਬਿਲਕੁਲ ਸਾਹਮਣੇ ਹਨਾ ਬਾਈ ਜੀ ਹਾਂ ਅਮਰਗੜ੍ਹ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਆਪਣੇ ਪੇਜ ਉੱਤੇ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀਰੇ ਹਨਾ ਬਹੁਤ ਸ਼ੁਕਰੀਆ ਤੇ ਬਾਬਾ ਮੇਰ ਘਰੇ ਚੌਥੀ ਬ੍ਰਾਂਚ ਹੋ ਗਈ ਤੇ ਥੋੜਾ ਟਾਈਮ ਹੀ ਲੰਘਦਾ ਸਾਰੇ ਪੰਜਾਬ 'ਚ ਫੁੱਲ ਬ੍ਰਾਂਚਾਂ ਹੋਣਗੀਆਂ ਬਈ ਆਪਣੀ ਕਿਰਪਾ ਨਾਲ ਫੈਲ ਹੀ ਜਾਵਾਂਗੇ ਸਾਰੇ ਪੰਜਾਬ ਚਲੋ ਬਈ ਹਨਾ ਤੇ ਬਈ ਅੱਜ ਜਿਹੜੀਆਂ ਕਾਰਾਂ ਰਹਿਣਗੀਆਂ ਲਗਭਗ ਮੈਂ ਜਿਵੇਂ ਦੇਖ ਰਿਹਾ ਸਾਰੀ ਪੰਜਾਬ ਨੰਬਰ ਨੇ ਹਨਾ ਸਭ ਠੀਕ ਹੈ ਤੇ ਆਪਾਂ ਪਹਿਲੀ ਕਾਰ ਤੋਂ ਗੱਲ ਕਰੀਏ ਵੀਰੇ ਇਹ ਕੀ ਮਾਡਲ ਲੈਣ ਵਾਲਾ ਇਹ 2023 ਮਾਡਲ ਹੈ ਜੀ VXI ਪੰਜਾਬ ਨੰਬਰ ਦੇਖੋ ਨੰਬਰ ਵੀ ਵਧੀਆ ਠੀਕ ਹੈ ਵੀਰੇ ਤੇ ਚੱਲੀ ਹੋਈ ਹੈ ਇਹ ਸਾਰੀ 20-25,000 ਕਿਲੋਮੀਟਰ 20-25,000 ਹਾਂਜੀ ਸਟੱਪਣੀ ਅਨਯੂਜ ਹੈ ਚੱਲੀ ਕੁਛ ਪੈਟਰੋਲ ਦੀ ਹੈ ਪੇਂਟ ਕਿਤੋਂ ਨਹੀਂ ਹੈਗੀ ਹਾਂਜੀ ਪੈਟਰੋਲ ਦੀ ਮਤਲਬ ਧੂਰੀ ਕਾਰ ਬਾਜ਼ਾਰ ਦੀ ਆਪਾਂ ਮੇਨ ਗੱਲ ਕਰ ਦਿੰਦੇ ਵੀ ਆਪਾਂ ਸਰਟੀਫਾਈਡ ਰਿਪੋਰਟ ਦਿੰਦੇ ਹਾਂ ਠੀਕ ਹੈ ਬਈ ਤਾਂ ਸਰਟੀਫਾਈਡ ਰਿਪੋਰਟ ਜੀ ਮਤਲਬ ਕਿਤੋਂ ਵੀ ਪੇਂਟ ਨਹੀਂ ਹੈਗੀ ਇਹ ਗੱਡੀ ਓਕੇ ਲੈ ਵੀ ਫਰੰਟ ਬੰਪਰ ਤੱਕ ਵੀ ਰਿਜਨਲ ਹੈ ਨਾ ਵੀ ਆਪਾਂ ਕਹਿੰਦੇ ਖੈਰ 23 ਮਾਡਲ ਆ ਬਈ ਇਹਨੂੰ ਹੋਣਾ ਵੀ ਕੁਝ ਨਹੀਂ ਹਾਂਜੀ ਹਾਂ ਵਾ ਫਰੰਟ ਸ਼ੀਸ਼ਾ ਥੋੜਾ ਜਿਹਾ ਕ੍ਰੈਕਿੰਗ ਆ ਆਈ ਹੋਈ ਆ ਕੋਈ ਗੱਲ ਨਹੀਂ ਬਾਕੀ ਗੱਡੀ ਨਵੀਂ ਨਕੋਰ ਹੈ ਠੀਕ ਹੈ ਬਈ ਹਾਂਜੀ ਔਰ ਕਿੰਨਾ ਪ੍ਰਾਈਸ ਇਹਦਾ ਇਹਦਾ ਪ੍ਰਾਈਸ ਹੈਗਾ ਜੀ 6.5 ਲੱਖ ਰੁਪਏ 6.5 ਲੱਖ ਰੁਪਏ ਜੀ ਪੈਟਰੋਲ ਦੀ ਅੰਦਰੋਂ ਦਿਖਾ ਦਈਏ ਆਪਾਂ ਕਾਰ ਆ ਜੋ ਅੰਦਰੋਂ ਬਿਲਕੁਲ ਨਵੀਂ ਕਾਰ ਹੈ ਨਵੀਂ ਨਕੋਰ ਹੀ ਆ ਤਾਂ ਗੱਡੀ ਦੇਖੋ ਬਈ ਕੁਛ ਨਹੀਂ ਵਿਗੜਿਆ ਕਾਰ ਦਾ ਵੀ 20,000 ਨਾਲ ਨਾ ਤੇ ਪੈਸੇ ਤੁਹਾਡੇ ਵਾਵਾ ਬਚ ਜਾਣਗੇ ਬਈ ਬਿਲਕੁਲ ਜੀ ਬਿਲਕੁਲ ਲਗਭਗ ਜੇ ਲਾਈਏ ਤਾਂ 8 ਲੱਖ ਦੇ ਕਰੀਬ ਹੋ ਜਾਂਦੀ ਆ ਤੇ ਆਪਾਂ ਨੂੰ ਅੱਜ ਮਿਲ ਰਹੀ ਆ ਇਹ 6.5 ਲੱਖ ਰੁਪਏ 6.5 ਮਤਲਬ ਇਹ ਆ ਵੀ ਫਿਕਸ ਪ੍ਰਾਈਸ ਦੀ ਆਪਾਂ ਨਾਲ ਗੱਲ ਕਰ ਦਿੰਦੇ ਆ ਆਪਣੇ ਪੇਜ ਤੇ ਬਾ ਹਲਕਾ ਫੁਲਕਾ ਮਾਨਤਾਣਾ ਬਈ ਹਨਾ ਤੇ ਅਗਲੀ ਆ ਗਈ ਆਪਣੇ ਲਵੇ ਹੌਂਡਾ ਦੀ ਅਮੇਜ ਇਹ ਡੀਜ਼ਲ ਪੈਟਰੋਲ ਵੀ ਰਹੇ ਹੌਂਡਾ ਅਮੇਜ ਇਹ ਹੈਗੀ ਆ ਜੀ ਆਪਣਾ 2017 ਡੀਜ਼ਲ ਠੀਕ ਹੈ ਲੈ ਇਹ ਵੀ ਐਵਰੇਜ ਦੀ ਆਪਾਂ ਕਹਦੇ ਆ ਵੀ ਰਾਣੀ ਆ ਬਈ ਐਵਰੇਜ ਬਹੁਤ ਦਿੰਦੀ ਆ ਕਾਰ ਇਹ ਤੇ ਐਵਰੇਜ ਪੂਰੀ ਵਧੀਆ ਜਿਹਦੀ 25 ਦੀ 25 ਦੀ ਤਾਂ ਦੇ ਹੀ ਦਿੰਦੀ ਆ ਬਈ ਅੱਛਾ ਕਿੰਨਾ ਰੇਟ ਕਿੰਨਾ ਦਾ ਵੀਰੇ ਗੱਡੀ ਇਹ ਜੈਨੂਇਨ ਪੇਂਟ ਚਾ ਸਾਰੀ ਹਾਂਜੀ ਤੇ ਨਿਊ ਸ਼ੇਪ ਚ ਆਉਂਗੀ ਬੰਪਰ ਉੰਪਰ ਦੇਖੋ ਇਹਦਾ ਨਵੀਂ ਸ਼ੇਪ ਦਾ ਆਟੋ ਕਲਾਈਮੇਟ ਏਸੀ ਵਾਲੀ ਆ 4.25 ਲੱਖ ਰੁਪਏ ਦੀ ਗੱਡੀ ਦੇ ਦਾਂਗੇ 4.25 ਲੱਖ ਰੁਪਏ ਦੀ ਲੁਧਿਆਣਾ ਨੰਬਰ ਦੀ ਕਾਰ ਆ ਬਈ ਫਸਟ ਓਨਰ ਹੈ ਫਸਟ ਓਨਰ ਦੀ ਕਾਰ ਮੇਨ ਗੱਲ ਓਰੀਜਨਲ ਨੰਬਰ ਦੀ ਕਾਰ ਜਿਹੜੀ ਆਪਾਂ ਅਕਸਰ ਗੱਲਾਂ ਕਰਦੇ ਹੁੰਦੇ ਆ ਵੀ ਹਨਾ ਵੀ ਓਰੀਜਨਲ ਨੰਬਰ ਤੇ ਲੱਗਾ ਨੰਬਰ ਤੇ ਥੋੜਾ ਡਿਫਰੈਂਸ ਆ ਜਾਂਦਾ ਉਹਨਾਂ ਰੇਟ ਦਾ ਜਿਵੇਂ ਪੱਕੇ ਨੰਬਰ ਦੀ ਥੋੜਾ ਰੇਟ ਅਪ ਰਹਿੰਦਾ ਹੁੰਦਾ ਬਈ ਇਹਦਾ ਹਨਾ ਪਰ ਫਿਰ ਵੀ ਆਪਾਂ ਇਹ ਉਹੋ ਜਿਹੇ ਰੇਟ ਤੇ ਦਿੱਤੀ ਆ ਵੀ ਜਿਹੜੇ ਲੱਗੇ ਨੰਬਰ ਦੇ ਰੇਟ ਤੇ ਹਨਾ ਵੀ ਓਨਰ ਫਸਟ ਤੇ ਆਹ ਵੀਰੇ ਮਾਡਲ ਇਹ ਆ ਗਈ ਜੀ 2014 ਮਾਡਲ ਫਸਟ ਓਨਰ ਇਹ ਵੀ i20 ਸਪੋਰਟਸ ਮਾਡਲ ਦੇ ਵਿੱਚ ਠੀਕ ਹੈ ਵੀਰੇ ਅੱਜ ਲੈ ਕੇ ਫਸਟ ਓਨਰ ਆਇਆ ਸਾਰੀਆਂ ਹੈ ਬਸ ਹੁਣ ਸਾਡੀ ਥੋੜਾ ਨਾ ਅਸੀਂ ਆਪਾਂ ਤਾਂ ਡਿਜ਼ਾਈਨ ਜਾਂ ਚੇਂਜ ਕਰਿਆਗਾ ਵੀ ਉਹ ਚ ਹੁਣ ਐ ਲੱਗਦਾ ਵੀ ਭਕਾਈ ਜੀ ਕਰਨੀ ਪੈਂਦੀ ਆ ਵਾਲੀ ਬਾਹਰਲੇ ਨੰਬਰ ਸਹੀ ਗੱਲ ਹੈ ਵੀਰੇ ਹਨਾ ਇਹ ਵੀ ਇੱਕ ਤਾਂ ਨੰਬਰ ਜਿਹੜਾ ਪੰਜਾਬ ਦਾ ਹੁੰਦਾ ਉਹਨੂੰ ਅਗਲਾ ਲੈ ਜਲਦੀ ਲੈ ਲੈਂਦਾ ਸਹੀ ਗੱਲ ਆ ਤੇ ਸਾਨੂੰ ਲੋਨ ਕਰਾਂਚ ਲੋਨ ਕਰਾਂਚ ਆਸਾਨੀ ਹੈ ਲੋਨ ਸਾਡਾ ਮਤਲਬ 3-4 ਦਿਨਾਂ ਦੇ ਵਿੱਚ ਅਸੀਂ ਅਗਲੇ ਨੂੰ ਗੱਡੀ ਡਿਲੀਵਰ ਕਰ ਦਿੰਦੇ ਠੀਕ ਹੈ ਲੈ ਵੀ ਇਹ ਵੀ ਚੀਜ਼ ਦਾ ਬਈ ਹਨਾ ਬੜਾ ਬੈਨੀਫਿਟ ਆ ਵੀ 3-4 ਦਿਨਾਂ ਦੇ ਵਿੱਚ ਵਿੱਚ ਕਾਰ ਤੁਹਾਡੀ ਡਿਲੀਵਰ ਹੋ ਜੂ ਇੱਕ ਟਾਈਮ ਇਹ ਜਾਊਗਾ ਬਈ ਹਨਾ ਬਹੁਤਾ ਨਹੀਂ ਲੱਗਦਾ ਮੇਰੇ ਹਿਸਾਬ ਨਾਲ 6-6 ਮਹੀਨੇ ਲੱਗਦੇ ਨੇ ਵੀ ਦੋ ਘੰਟਿਆਂ ਥੋੜਾ ਲੋਨ ਕਰਾ ਕੇ ਤੁਹਾਡੇ ਹੱਥ 'ਚ ਗੱਡੀ ਦਾ ਸਟੇਅਰਿੰਗ ਫੜਾ ਦਿਆ ਕਰਾਂਗੇ ਇਹ ਬਸ ਉਹ ਵੀ ਤਾਂ ਅਗਰ ਤੁਸੀਂ ਸਾਥ ਦਿਓਗੇ ਬਈ ਹਨਾ ਤਾਂ ਕਰਕੇ ਇਹਦਾ ਰੇਟ ਸੀਗਾ ਇਹਦਾ ਰੇਟ ਹੈਗਾ ਜੀ 4.5 ਲੱਖ ਰੁਪਇਆ 4.40 ਦੀ ਡਿਸਕਾਊਂਟ ਨਾਲ ਦੇ ਦਾਂਗੇ ਮਾਡਲ 2014 ਜੀ ਨਿਊ ਸ਼ੇਪ ਹੈ ਇਹ ਰਾਈਟ ਮਾਡਲ ਹੈ ਅਗਲੀ ਆ ਗਈ ਆਪਣੇ ਲਵੇ ਆਹ ਇਹ ਆ ਗਈ 2012 ਦੇਖਣ ਨੂੰ ਨਹੀਂ ਲੱਗਦੀ ਵੀ 2012 ਇਹ ਸਹੀ ਗੱਲ ਹੈ ਨਾ ਸ਼ੇਪ ਕਨਵਰਟ ਕਰੀ ਹੋਈ ਹੈ ਕਨਵਰਟ ਕਰੀ ਹੈ ਸ਼ੇਪ ਹਾਂਜੀ ਠੀਕ ਹੈ
ਇਹ ਹੈਗਾ ਜੀ ਰੇਟ ਦਾ 3 ਲੱਖ ਰੁਪਈਆ 3 ਲੱਖ ਰੁਪਈਆ 12 ਮਾਡਲ ਮਤਲਬ ਇਹ 2 ਤੋਂ 3 ਲੱਖ ਦੇ ਬਜਟ ਵਾਲੇ ਦੇ ਸਮਝ ਆ ਸਕਦੀ ਆ ਲੋਨ ਵਗੈਰਾ ਸਭ ਕੁਝ ਹੋ ਜਾਊਗਾ ਠੀਕ ਹੈ ਵੀਰੇ ਕੋਈ ਦਿੱਕਤ ਨਹੀਂ ਕਿਸੇ ਦੀ ਪ੍ਰੋਬਲਮ ਨਹੀਂ ਅਗਲੀ ਆ ਗਈ ਜੇ ਕਿਸੇ ਨੇ ਅਲਟੋ ਕਾਰ ਲੈਣੀ ਆ ਬਈ ਇਹ ਮਾਡਲ ਅਲਟੋ 10 ਬਹੁਤ ਸੋਹਣੀ ਕਾਰ ਆਈ ਹੈ ਸਾਡੇ ਕੋਲੇ ਤੇ ਕਿਉਂਕਿ ਆ ਹੁਣ ਸਰਦੀ ਜੀ ਆਉਣੀ ਆ ਤਾਂ ਠੰਡ ਤੋਂ ਬਚਣ ਲਈ ਹਰੇਕ ਬੰਦਾ ਭਾਲਦਾ ਵੀ ਥੋੜੀ ਜੀ ਘੱਟ ਪੈਂਹਾਂ ਜਾ ਕਿੰਨੇ ਰੁਪਏ LXI ਗੱਡੀ ਆ ਇਹ 145,000 145 ਦੇ ਵਿੱਚ ਬਈ ਆਹ ਸਵਿਫਟ ਮਾਡਲ ਵੀ 12 ਮਾਡਲ ਜੀ 12 ਮਾਡਲ ਹਾਂਜੀ ਹਾਂ ਠੀਕ ਹੈ ਇਹ ਲੋਏ ਵੀਲ ਦੇਖੋ ਆ ਗਏ ਓਰੀਜਨਲ ਪੇਂਟ ਡੀਜ਼ਲ ਪੈਟਰੋਲ ਵੀਰੇ ਡੀਜ਼ਲ ਜੀ ਡੀਜ਼ਲ VDI ਓਕੇ ਅੱਛਾ ਚੱਲੀ ਕਿੰਨੀ ਕੁ ਹੋਊਗੀ ਇਹ ਚੱਲੀ ਹੋਈ ਆ ਲੱਖ ਦੇ ਥੱਲੀ ਆ ਠੀਕ ਹੈ ਕਿੰਨਾ ਰੇਟ ਇਹਦਾ ਇਹਦਾ ਰੇਟ ਹੈਗਾ ਜੀ 3.5 ਲੱਖ 3.5 ਲੱਖ 3 ਲੱਖ ਤੇ 50,000 ਰੁਪਏ ਦੀ ਕਾਰ ਲਾਈ ਵੀਰੇ ਵਿੱਚ ਲੈ ਵੀ ਲਾਈ ਕਾਰ ਦੇ ਤੁਹਾਨੂੰ ਮਿਲ ਜਾਣਗੇ ਅਗਲੀ ਇਹ ਮਾਡਲ 2010 ਮਾਡਲ ਜੀ VDI ਠੀਕ ਹੈ ਤੇ ਨੰਬਰ 50 ਆ ਸੈਕਿੰਡ ਓਨਰ ਠੀਕ ਹੈ ਤੇ ਰੇਟ ਦਾ ਇਹਦਾ ਰੇਟ ਹੈਗਾ ਜੀ 2,25,000 ਰੁਪਏ ਸਵਾ 2 ਲੱਖ ਰੁਪਏ ਬਈ ਲੈ ਵੀ ਸਵਾ 2 ਲੱਖ ਰੁਪਏ ਠੀਕ ਹੈ ਅਲਾਏ ਪਾਏ ਹੋਏ ਨੇ ਕਾਰ ਨੂੰ ਠੀਕ ਹੈ ਤੇ ਜੇ ਕਿਸੇ ਬਾਈ ਨੇ ਕਾਰ ਲੈਣੀ ਆ ਤਾਂ ਇਹ ਕਾਰ ਤੁਸੀਂ ਲਿਜਾ ਸਕਦੇ ਹੋ ਬਈ ਹਨਾ 50 ਨੰਬਰ ਨਵੇਂ ਟਾਇਰ ਦੇਖੋ 80% ਟਾਇਰ ਪਏ ਆਹਾ ਇਹ ਗੱਡੀ ਆ ਗਈ ਜੀ 2015 ਮਾਡਲ ਠੀਕ ਹੈ ਵੀਰੇ ਵਕੀਲ ਦੀ ਗੱਡੀ ਆ ਇਹ ਬਹੁਤ ਪਹਿਲੇ ਨਾਂ ਦੀ ਗੱਡੀ ਆ ਕਿੰਨਾ ਰੇਟ ਹੈ 15 ਮਾਡਲ VDI ਹੈ ਜੀ ਇਹ ਹਾਂ ਤੇ ਇਹਦਾ ਰੇਟ 4.75 ਹੈ 4,75,000 ਰੁਪਇਆ ਠੀਕ ਹੈ ਬਈ ਸੋਹਣੀ ਕਾਰ ਆ ਓਰੀਜਨਲ ਪੇਂਟ ਚ ਅਸਾ ਲੋਨ ਕਿੰਨਾ ਕੋ ਜੂ 5 ਲੱਖ ਰੁਪਏ ਦੀ ਕਾਰ ਦੇ ਆਪਣਾ ਜਰੂਰ ਲੱਗ ਪਾ ਜਿਵੇਂ ਹੁਣ ਇਹ ਗੱਡੀ ਆ ਇਹਦੇ 4 ਲੱਖ ਰੁਪਏ ਲੋਨ ਹੁੰਦਾ ਇਹਦੇ 4 ਲੱਖ ਦਾ ਲੋਨ ਹੁੰਦਾ 50-60,000 ਲੱਖ ਦੇ ਗੇੜ ਤੇ ਦੇ ਕੇ ਕਾਰ ਤੇ ਲੋਨ ਹੋ ਜਾਂਦਾ ਜੇ ਕਿਤੇ ਸਿਬਲ ਘੱਟ ਹੁੰਦਾ ਤਾਂ 1 ਲੱਖ ਰੁਪਿਆ ਹਾਂ ਫਿਰ ਥੋੜਾ ਪ੍ਰੋਬਲਮ ਆ ਜਾਂਦੀ ਪਰ ਸਾਡੇ ਕੋਲ ਹਰ ਚੀਜ਼ ਦਾ ਹੱਲ ਆ ਪਰ ਸਾਨੂੰ ਸਪਸ਼ਟ ਅਗਲਾ ਦੱਸੇ ਵੀ ਆ ਗੱਲ ਹੈ ਆਹ ਵੀਰੇ ਈਓਨ ਈਓਨ 2012 ਮਾਡਲ ਇਹ ਸਾਫ ਬਹੁਤ ਆ ਕਰ ਹੈ ਬਹੁਤ ਸੋਹਣੀ ਕਾਰ ਹੈ ਸਾਰੀ ਪੇਂਟ ਹੈ ਨਹੀਂ ਸਾਰੀ ਓਰੀਜਨਲ ਕੰਪਨੀ ਤੋਂ ਤੇ ਜਿਹੜਾ ਫਰੰਟ ਸ਼ੀਸ਼ਾ ਨਾਲ ਦਾ ਇਹਦਾ ਗੱਡੀ ਓਕੇ ਨੰਬਰ 50 ਹੈ ਸੈਕਿੰਡ ਓਨਰ ਹੈ ਕਿੰਨਾ ਪ੍ਰਾਈਸ ਦਾ ਬਹੁਤ ਸੋਹਣੀ ਗੱਡੀ ਆ ਇਹ ਗੱਡੀ ਦਾ ਰੇਟ ਹੈਗਾ ਜੀ 2,10,000 ਰੁਪਏ 2,10,000 ਦੇ ਵਿੱਚ ਆ ਡਟਸਨ ਇਹ ਗੋ ਰੈਡੀ ਗੋ ਹੈ ਇਹ ਡੈਟਸਨ ਕੋ ਰੈਡੀ ਕੋਈ ਡੈਟਸਨ ਓਕੇ ਡੈਟਸਨ 2017 ਮਾਡਲ ਹੈ ਜੀ ਹਾਂਜੀ ਤੇ 12ਵੇਂ ਮਹੀਨੇ ਦੀ 18 ਦੀ ਰਜਿਸਟਰਡ ਹੈਗਾ ਜੀ ਹਾਂਜੀ ਹਾਂਜੀ ਤੇ ਪੰਜਾਬ ਨੰਬਰ ਹੈ ਸੈਕਿੰਡ ਓਨਰ ਹੈ ਤੇ ਕੰਡੀਸ਼ਨ ਬਹੁਤ ਸੋਹਣੀ ਆ ਦੇਖੋ ਠੀਕ ਹੈ ਵੀਰੇ ਤੇ ਇਹਦੇ ਜਿਵੇਂ ਲੋਨ ਦੀ ਇਹਦੇ ਜਿਵੇਂ ਇਹ ਜੀ ਗੱਡੀਆਂ ਦੇ 100% ਲੋਨ ਵੀ ਮਿਲ ਜਾਂਦਾ ਠੀਕ ਹੈ ਤੇ 100% ਤੱਕ ਮਤਲਬ ਵੀ ਕੁਝ ਵੀ ਪੈਸੇ ਨਹੀਂ ਦੇਣੇ ਪੈਂਦੇ ਕਈ ਵਾਰ ਬਈ ਹੈ ਨਾ ਤਿਆਰ ਸੋਹਣੀ ਕਰਾਈ ਆ ਬੰਦੇ ਨੇ ਬਹੁਤ ਸੋਹਣੀ ਕਾਰ ਹੈ ਜੀ ਮੈਂ ਕਹਿੰਦਾ 6 ਸੀਟਰ ਹੈ ਵਿੱਚੋਂ ਦਿਖਾਈ ਮਨਵੀਰ ਥੋੜੀ ਜੀ ਮਾਡਲ ਇਹ ਦੇ ਦਿਆਂਗੇ ਆਪਾਂ 1,90,000 ਰੁਪਏ 1,90,000 ਦੇ ਵਿੱਚ ਅਲਾਏ ਪਏ ਹੋਏ ਨੇ ਪੰਜਾਬ ਨੰਬਰ ਹੈ ਵੀ ਦੇਖੋ ਸੈਕਿੰਡ ਅਲਟੋ ਦੇ ਰੇਟ ਦੇ ਵਿੱਚ ਤੁਹਾਨੂੰ ਮਾਈਕਰਾ ਦੇ ਰਹੇ ਹਾਂ ਜਿਹੜੀ ਆਪਾਂ ਬਈ ਕਾਰ ਹਨਾ 1,90,000 ਚ ਪੰਜਾਬ ਨੰਬਰ ਦੀ ਕਾਰ ਮੇਨ ਗੱਲ ਬਈ ਹੈ ਠੀਕ ਹੈ ਤੇ ਆਹ K10 2012 ਮਾਡਲ ਹੈ ਜੀ ਇਹ ਹਾਂਜੀ ਤੇ 2,35,000 ਰੁਪਏ ਦੀ ਰੇਂਜ ਚ ਹੈ 2,35,000 2012 ਮਾਡਲ ਬੜੀ ਸੋਹਣੀ ਕਾਰ ਆ ਦੇਖੋ ਓਰੀਜਨਲ ਪੇਂਟ ਚ ਗੱਡੀ ਲਾਇਲ ਹੋਏ ਟਾਇਰ ਪਾ ਬਈ ਸਾਰਾ ਕੁਝ ਸੋਹਣਾ ਹੈ ਕੁਝ ਨੰਬਰ ਪੰਜਾਬ ਆ ਦੇਖੋ ਨੰਬਰ ਪੰਜਾਬ ਆ ਬਈ ਓਰੀਜਨਲ ਗੱਡੀ ਆ ਬਾਕੀ ਬਈ ਫੋਨ ਤੇ ਫੁੱਲ ਡਿਟੇਲ ਲੈ ਲਿਓ ਬਈ ਹੈਨਾ ਤੁਸੀਂ ਹਾਂਜੀ ਹਾਂ ਆਪਾਂ ਓਵਰਵਿਊ ਜਿਹਾ ਦਿੰਨੇ ਹੁੰਨੇ ਆ ਇਹ ਮਾਡਲ 6 ਮਾਡਲ ਹੈ ਜੀ ਇਹ 7 ਦੀ ਰਜਿਸਟਰਡ ਆ 27 ਤੱਕ ਪਾਸ ਹੈ ਠੀਕ ਹੈ ਤੇ 1,25,000 ਰੁਪਿਆ 1,25,000 ਰੁਪਿਆ LXI ਲਓ ਜੀ ਪਾਸਿੰਗ ਵਗੈਰਾ ਹੈਗੀ ਆ ਬਈ ਹੈਨਾ LXI ਹੈ ਪਾਵਰ ਸਟੀਅਰਿੰਗ ਹੈ ਤੇ ਚੈੱਕ ਕਰ ਪਾਵਰ ਲੱਗਿਆ ਹੈ ਅੱਛਾ ਪਾਵਰ ਲੱਗਿਆ ਹੈ ਸਟੀਅਰਿੰਗ ਤੇ ਲੱਗੇ ਬਾਈ ਕਸਟਮਰ ਦੀ ਗੱਡੀ ਹੈ ਘਰ ਦੀ ਕਾਰ ਆ ਬਈ ਹੈਨਾ ਜੇ ਕਿਸੇ ਨੇ ਕਾਰ ਲੈਣੀ ਹੈ LX ਦੀ ਪਾਵਰ ਸਟੀਅਰਿੰਗ ਲੱਗਿਆ ਹੈ ਰੇਟ 1,25,000 ਰੁਪਏ 1,25,000 ਰੁਪਏ ਠੀਕ ਹੈ ਵੀਰੇ ਆ ਗਈ ਡਿਜ਼ਾਇਰ ਡਿਜ਼ਾਇਰ 15 ਮਾਡਲ ਹੈ ਜੀ ਇਹ ਤੇ 15 ਹਾਂ 15 ਮਾਡਲ ਹੈ ਇਹ ਹੈਗੀ ਆ LDI ਪਲੱਸ ਠੀਕ ਹੈ ਦੋ ਪਾਵਰ ਵਿੰਡੋ ਵਾਲੀ ਹੈ ਰੇਟ ਇਹਦਾ ਇਹਦਾ ਰੇਟ ਹੈਗਾ ਜੀ 3,50,000 ਰੁਪਏ 3 ਲੱਖ ਤੇ 50,000 ਬਹੁਤ ਸਹੀ ਰੇਟ ਚ ਆਪਣੇ ਆਪਣੇ ਲੋ ਸਟਾਕ ਕਿੰਨੀਆਂ ਕਾਰਾਂ ਦਾ ਵੀਰੇ ਸਟਾਕ ਅੱਜ ਉਰੇ ਦੀ ਗੱਲ ਨਹੀਂ ਕਰਦੇ ਸਾਰੀ ਟੋਟਲ ਸਟਾਕ ਸਾਡੇ ਕੋਲ ਇਸ ਟਾਈਮ ਲਗਭਗ 150 ਗੱਡੀ ਦਾ 150 ਗੱਡੀ ਲੈ ਵੀ ਅਗਰ 150 ਗੱਡੀ ਦਾ ਸਟਾਕ ਆਪਣੇ ਦਾ ਹੈਗਾ ਅਵੇਲੇਬਲ ਆ ਬਾਈ ਜਿੱਦਾਂ ਦੀ ਵੀ ਕੋਈ ਕਾਰ ਲੈਣੀ ਆ ਤੁਹਾਨੂੰ ਬਾਈ ਹਨਾ ਮਰੂਤੀ ਤੋਂ ਲੈ ਕੇ ਮਰਸਡੀ ਤੱਕ ਤਾਂ ਸਾਰਾ ਕੁਝ ਅਵੇਲੇਬਲ ਹੈ ਫੋਰਚੂਨਰ ਵੀ ਮਿਲ ਜਾਣੀ ਆ ਤੁਹਾਨੂੰ ਜਿਹੜੀ ਮਰਜ਼ੀ ਕੋਈ ਨਵੀਂ ਗੱਡੀ ਵੀ ਖੜੀ ਆਉਂਦੀ ਵੀ ਪਿੱਛੇ ਖੜੀ ਉਹ ਵੀ ਤੁਸੀਂ ਲੈ ਜਾ ਸਕਦੇ ਹੋ ਬਈ ਤੇ ਅੱਜ ਇਹਦਾ ਬਹੁਤ ਜਾਇਜ਼ ਰੇਟ ਆ ਬਈ ਹੈ 3.5 ਲੱਖ ਰੁਪਏ ਦੇ 2014 ਮਾਡਲ 3 ਲੱਖ ਰੁਪਏ ਦੇ ਲੋਨ ਲੈ ਦਾਂਗੇ 3 ਲੱਖ ਦਾ ਲੋਨ 15 ਮਾਡਲ ਬੜਾ ਇਹ ਚੱਕਰ ਕੀ ਆ 19 ਦੀ ਕਾਪੀ ਵਾਹ ਸਵਾ ਕਾਪੀ ਬਣੀ ਆ ਕੈਮਰਾਮੈਨ ਦੇ ਕੈਮਰਾਮੈਨ ਨੂੰ ਸਭ ਪਤਾ ਸਾਡੇ ਵਾਲੇ ਨੂੰ ਹੈ 19 ਦੀ ਕਾਪੀ ਜੀ ਠੀਕ ਹੈ ਵੀਰੇ ਇਹ ਆ ਗਈ ਜੀ 15 ਜੀ ਪ੍ਰੋਜੈਕਟਰ ਲਾਈਟਾਂ ਵਾਲੀ ਆ ਗਈ ਇਹ ਠੀਕ ਹੈ ਬੰਪਰ ਪੇਂਟ ਹੋ ਕੇ ਆਈ ਹੈ ਹਾਂ ਬੰਪਰ ਪੇਂਟ ਹੋਇਆ ਜੀ ਉਹ ਮਤਲਬ ਹਲੇ ਪੇਂਟ ਨਹੀਂ ਲਾਈ ਹੈਗੀ 50 ਨੰਬਰ ਹੀ ਹੈ ਸੋਹਣੀ ਬਹੁਤ ਆ ਮਤਲਬ ਬਹੁਤ ਜ਼ਿਆਦਾ ਸੋਹਣੀ ਨਹੀਂ ਇਹ ਦਿੱਲੀ ਨੰਬਰ ਚ ਹੈ ਜੀ ਠੀਕ ਹੈ ਵੀਰੇ ਤੇ ਹੈਗੀ ਫਸਟ ਓਨਰ ਆ ਗੱਡੀ
ਅੰਦਰੋਂ ਦਿਖਾ ਦੀ ਆਪਾਂ ਕਾਰ, ਬਹੁਤ ਸੋਹਣੀ ਗੱਡੀ ਆ, ਆ ਚੈੱਕ ਕਰੋ ਐਸ ਐਕਸ ਆ ਬਈ ਹੈਨਾ 2 ਏਅਰਬੈਗ ਵਾਲੀ ਉਹਦੀ ਜਿਹੜੀ, ਬਿਲਕੁਲ ਤੇ ਇਹ ਕਾਰ ਨਹੀਂ ਇਹ ਉਹ ਹੈ ਆਪਸ਼ਨਲ ਹੈ, ਆਪਸ਼ਨਲ 6 ਏਅਰਬੈਗ ਪੁਸ਼ ਬਟਨ ਸਟਾਰਟ ਹੈ ਜੀ, ਅੱਛਾ ਹਾਂਜੀ ਹਾਂ ਬਟਨ ਪਰਲੇ ਪਾਸੇ ਲਾ ਰਹੇ ਨੇ, ਇੱਧਰ ਦੇਖੋ ਚਾਬੀ ਵਾਲਾ ਹੀ ਨਹੀਂ ਲੁਕਾਉਂਦੇ ਨੇ ਬਈ ਹੈ ਸਿਸਟਮ, ਹਾਂਜੀ ਹਾਂ ਚਲੋ ਬਈ ਹੈਨਾ ਕਾਰ ਸੋਹਣੀ ਆ, ਮਾਡਲ 2015 ਮਾਡਲ ਲੁਧਿਆਣੇ ਨੰਬਰ ਦੀਆਂ ਕਾਰਾਂ ਬਹੁਤ ਨੇ, ਅਸੀਂ ਲੁਧਿਆਣੇ ਬੜੇ ਰਹੇ ਨੇ, ਠੀਕ ਹੈ ਹੁਣ ਸਾਨੂੰ ਦੇਖ ਕੇ ਹੋਰ ਡੀਲਰ ਪੁਰਾਣਾ ਜਾਣ ਲੱਗ ਜਾਂਦੇ, ਆਟੋਮੈਟਿਕ ਹੈ ਜੀ ਮਾਡਲ 2017 ਇਹਦੇ ਨਾਲ ਦੀ ਗੁਰਸ਼ਰਨ ਜੀ ਗੱਡੀ ਪੰਜਾਬ 'ਚ ਇੱਕ ਦੋ ਹੀ, ਮੈਂ ਤਾਂ ਹੁਣ ਤੱਕ ਇੱਕ ਦੇਖੀ ਆ, ਉਹ ਤੁਹਾਡੇ ਲਵਿਆ ਨਹੀਂ ਇਦੋਂ ਪਹਿਲਾਂ, ਅੱਛਾ ਬਾਈ ਇੱਧਰ ਦੀ ਆ ਕੇ ਦਿਖਾ ਦੇ, ਇੱਧਰ ਦੀ ਆ ਕੇ ਦਿਖਾ ਦੇ, ਇਹ ਕਾਰ ਦੀ ਸ਼ੇਪ ਹੀ ਇੰਨੀ ਜ਼ਿਆਦਾ ਜ਼ਬਰਦਸਤ ਆ ਬਾਈ, ਘੁਮਾ ਦੇ ਤੇ ਉੱਪਰ ਦੀ ਦੇ ਚੈੱਕ ਕਰੋ, ਜਿਵੇਂ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਾਈ ਹੈਨਾ, ਅਤੇ ਖੜੀ ਕਿਸ ਤਰੀਕੇ ਨਾਲ ਆ ਬਾਈ, ਖੜੀ ਦਾ ਹੀ ਰੋਵਲ ਵੱਖਰਾ ਹੀ ਆ ਬਾਈ ਹੈਨਾ, ਇਹ ਮਾਡਲ ਕਿੰਨਾ ਵੀਰ ਕਿਹੜੀ ਕਾਰ ਹੈ, 2011 ਜੀ CLS 350 ਹੈ ਜੀ, ਠੀਕ ਹੈ ਸਪੋਰਟਸ ਕਾਰ ਆ, ਫਰੇਮਲੈਸ ਫਰੇਮਲੈਸ, ਆਹ ਚੈੱਕ ਕਰੋ ਬਾਈ ਹੈ, ਅਤੇ ਜੇ ਕਿਸੇ ਨੇ ਹੁਣ ਇਹ ਕਾਰ ਲੈਣੀ ਹੈ ਇਹ ਕਾਰ ਲਿਜਾ ਸਕਦੇ ਹੋ ਬਾਈ ਤੁਸੀਂ, ਸਿਰਫ 27,000 ਚੱਲੀ ਹੈ, ਇੱਕ ਇਹਦਾ ਹੋਰ ਵੀ ਉਹ ਹੈ ਕਹਿੰਦੇ ਇਹਦਾ ਸਿਲੰਡਰ ਦੇ ਖਾਸੇ ਰੱਖੇ ਹੋਏ ਨੇ ਇਹਦੇ 'ਚ, 6 ਸਿਲੰਡਰ ਜੀ, 6 ਸਿਲੰਡਰ ਲੈ ਵੀ 6 ਸਿਲੰਡਰ ਨਾਲ ਤੁਹਾਨੂੰ ਫਰੀ ਦੇਵਾਂਗੇ ਬਾਈ ਆਪਾਂ, ਹੈ ਫਰੇਮਲੈਸ ਕਾਰ ਆ ਬਾਈ, ਜੇ ਕਿਸੇ ਬਾਈ ਨੇ ਇਹ ਕਾਰ ਲੈਣੀ ਹੈ ਤਾਂ ਕਾਰ ਲਿਜਾ ਸਕਦੇ, 11 ਮਾਡਲ ਚੈੱਕ ਕਰੋ, ਆਹ ਡੱਬਾ ਤੁਹਾਨੂੰ ਨਾਲ ਫਰੀ ਮਿਲੂ ਬਾਈ, ਜਿਹੜੀ ਮਰਜ਼ੀ ਕਾਰ ਲੈ ਜਾਓ ਆ ਕੇ ਤੁਸੀਂ, ਹੈ ਦੇਖੋ ਬਾਈ ਫਰੀ ਜੀ, ਅੱਛਾ ਕਿੰਨਾ ਰੇਟ ਹੈ ਕਾਰ, ਇਹਦਾ ਰੇਟ ਹੈਗਾ ਜੀ 8,50,000 ਰੁਪਏ, 8.5 ਲੱਖ ਰੁਪਏ, 1,25,00,000 ਦੀ ਗੱਡੀ ਹੈ, ਸਵਾ ਕਰੋੜ ਵਾਲਾ ਮਾਡਲ ਸਿਰਫ 8,25,000 ਰੁਪਈਆਂ ਦੇ ਵਿੱਚ, ਲੈ ਜਾਓ ਜੇ ਕਿਸੇ ਨੇ ਕਾਰ ਲੈਣੀ ਆ, ਅੱਛਾ ਇੱਧਰ ਕਾਰਾਂ ਖੜੀਆਂ ਨੇ ਆ ਜਾਓ, ਅਤੇ ਅਗਲੀ ਆ ਗਈ ਆਪਣੇ ਲਵੇ ਹੌਂਡਾ, ਇੱਧਰੋਂ ਸ਼ੁਰੂ ਕਰਦੇ ਹਾਂ, ਇੱਧਰੋਂ ਆ ਜਾਓ, ਇੱਧਰ ਆਪਣੇ ਲੈ ਜਿਹੜੇ ਹੁਣ ਤੁਹਾਨੂੰ ਦਿਖਾਵਾਂਗੇ ਸਾਰੀਆਂ ਕਾਰਾਂ ਤੁਹਾਨੂੰ ਇਸ ਬਲੌਗ 'ਚ ਹੀ ਦਿਖਾਵਾਂਗੇ ਬਾਈ, ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਈ, ਚੱਲਦੀ ਹੈ ਨਾ, ਜਦੋਂ ਤੁਸੀਂ ਸ਼ੇਅਰ ਨਹੀਂ ਕਰਦੇ ਨਾ ਉਦੋਂ ਬੜਾ ਮਨ ਦੁਖੀ ਹੁੰਦਾ ਵੀ ਹੈਨਾ ਯਾਰ, ਇੰਨਾ ਆਪਾਂ ਤੁਹਾਡੇ ਵਾਸਤੇ, ਆਹ ਦੇਖੋ ਸੂਰ ਦੇ ਸਿਰ 'ਤੇ ਖੜਾ ਹੈਗਾ, ਤੁਹਾਡੇ ਵਾਸਤੇ ਆਪਾਂ ਏਸੀ ਦਾ ਪ੍ਰਬੰਧ ਕਰਦੇ ਫਿਰਦੇ ਹਾਂ ਬਾਈ, ਹੈ ਅਤੇ ਇਹ ਮਾਡਲ ਵੀਰੇ ਡਿਜ਼ਾਇਰ ਹੈ 2012 ਜੀ, ਇਹ 14,000 ਐਤਵਾਰ ਨੂੰ ਗੱਡੀਆਂ ਪੂਰੀ ਮਿਲਣਗੀਆਂ, ਠੀਕ ਆ, ਵੀਡੀਓ ਅੱਜ ਹੀ ਪਾ ਦਿਓ, ਕੋਸ਼ਿਸ਼ ਅਸੀਂ ਕੱਲ੍ਹ ਨੂੰ ਦੇਖਣਗੇ, ਇਹ ਮਾਡਲ ਦੇ ਰੇਟ ਇਹ ਹੈਗਾ ਜੀ 2017 ਰੇਟ ਵੀਰੇ, ਪ੍ਰੋਜੈਕਟ ਲਾਈਟ ਵਾਲੀ SX ਮਾਡਲ 'ਚ, ਠੀਕ ਹੈ ਸਵਾ ਅੱਠ ਲੱਖ ਰੁਪਏ, ਬਾਕੀ ਬਾਈ ਮੌਕੇ 'ਤੇ ਮਾਨਤਾਨ ਹੋ ਜੂ ਤੁਹਾਡਾ, ਠੀਕ ਆ, ਅਤੇ ਆਹ ਮਾਡਲ ਵੀ 2015 ਜੀ, ਹਾਂਜੀ ਹਾਂ 2015 ਮਾਡਲ ਹੈ ਜੀ, ਲੁਧਿਆਣੇ ਨੰਬਰ ਦੀ, 4,25,000 ਰੁਪਏ, 4,00,000 ਅਤੇ 25,000, 110 BHP ਵਾਲੀ ਹੈ, ਜੇ ਕੋਈ ਬੱਲੇ ਵੱਧ ਪਿਕਅਪ ਲਈ ਵੀ ਭਾਲਦਾ ਫਿਰ, ਆਹ ਇਹ ਹੈਗੀ ਹੈ ਜੀ 2015, ਹਾਂਜੀ 16 ਸਵਿਫਟ, 2016 ਹਾਂਜੀ 2016 ਜੀ, ਇਹ 5,00,000 ਰੁਪਏ ਲੈ ਵੀ, 16 ਮਾਡਲ 5,00,000 ਰੁਪਏ ਹੈ, ਅਤੇ ਆਹ 14 ਮਾਡਲ ਆ ਗਈ ਜੀ, ਇਹ ਏਟੀਓਸ ਦੇਖੋ ਉਹਦੇ ਨਾਲ ਦੀ ਸ਼ੇਪ ਬਣਾਈ ਹੈ ਵੀ, ਠੀਕ ਹੈ ਵੀਰੇ 14, ਅਤੇ ਇਹ ਵੀ ਵੀ ਇਹ ਵੀਡੀ ਮਾਡਲ ਹੈ, ਵੀਡੀ ਮਾਡਲ ਹੈ ਇਹ,
ਫਸਟ ਓਨਰ ਗੱਡੀ ਬੱਲੇ 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 ਕਿੰਨਾ ਰੇਟ ਇਹਦਾ ਰੇਟ 3,70,000 ਲੱਖ ਤੇ 70,000 ਰੁਪਏ 14 ਮਾਡਲ ਆਹ ਆ ਗਈ ਵੀਰੇ ਮਾਡਲ ਇਹ ਆ ਗਈ ਜੀ 2018 ਹਾਂਜੀ ਆਲ ਓਰੀਜਨਲ ਪੇਂਟ ਚ ਠੀਕ ਹੈ ਇਦੋਂ ਆ ਨਵੀਂ ਸ਼ੇਪ ਚੱਲ ਪਈ ਦੇ ਨਾ ਹਾਂ ਇਹ ਥੋੜਾ ਫਰਕ ਹੁੰਦਾ ਜਣੀ ਦਾ ਵੰਪਰ ਲਾਈਟਾਂ ਦਾ ਇਦੋਂ ਬਾਅਦ ਨਵੀਂ ਸ਼ੇਪ ਇੱਕ ਹੋਰ ਆ ਗਈ ਹਾਂ ਇਹਦਾ ਰੇਟ ਵੀਰੇ ਇਹਦਾ ਰੇਟ 4.5 ਲੱਖ ਰੁਪਏ 4 ਲੱਖ ਤੇ 50,000 ਰੁਪਏ ਲੈ ਵੀ ਮਿੱਤਰੋ ਸੈਕਿੰਡ ਓਨਰ ਦੀ ਕਾਰ ਹੈ ਠੀਕ ਹੈ ਕਾਰ ਸੋਹਣੀ ਆ ਤੇ ਦੋ ਕਾਰਾਂ ਰਹਿ ਗਈ ਆਪਣੇ ਲਈ ਇਹ ਫੋਰਡ ਦੀ ਫਿਗੋ ਆ ਗਈ ਮਾਡਲ ਵੀਰੇ 2010 ਮਾਡਲ ਹੈ ਜੀ ਇਹ ਓਕੇ ਤੇ ਬਹੁਤ ਸੋਹਣੀ ਕਾਰ ਆ ਲਗਭਗ ਓਰੀਜਨਲ ਪੇਂਟ ਚ ਇੰਜਨ ਮੇਰੇ ਨਾਲ ਅਗਲਾ ਕਹਿੰਦਾ ਵੀ ਇਹਦਾ ਇੰਜਨ ਮਾੜਾ ਹੁੰਦਾ ਜੀ ਹੋਰ ਇੰਜਨ ਪੂਰਾ ਵਧੀਆ ਇਹਦੀ ਆਪਾਂ ਗਾਰੰਟੀ ਦੇ ਸਕਦੇ ਹਾਂ ਮਾੜਾ ਵੀ ਚਲਾਉਣ ਵਾਲੀ ਨਹੀਂ ਕਰਿਆ ਹੁੰਦਾ ਵੀ ਚਲੋ ਫਿਰ ਵੀ ਚਲਾਉਣ ਵਾਲਾ ਕਈ ਵਾਰ ਗਲਤ ਹੁੰਦਾ ਹੈ ਮੰਨ ਲਓ ਸਹੀ ਗੱਲ ਆ ਬਈ ਤੇ ਰੇਟ ਸੀ ਦਾ ਇਹਦਾ ਰੇਟ ਹੈਗਾ ਜੀ 1,60,000 ਰੁਪਏ 1,60,000 ਰੁਪਏ ਲੈ ਵੀ ਅਲਟੋ ਦੀ ਥਾਂ ਤੇ ਆਪਾਂ ਇਹ ਕਾਰ ਲਿਜਾ ਸਕਦੇ ਆ ਬਈ ਹਨਾ ਰੇਟਸ ਰੇਟਸ ਬਹੁਤ ਫੋਨ ਆਉਂਦੇ ਨੇ ਸਾਡੇ ਕੋਲ ਇਹ ਤਾਂ ਬਈ ਬਹੁਤ ਕੈਂਡ ਕਾਰ ਆ ਐਵਰੇਜ ਦੀ ਰਾਣੀ ਆ ਐਵਰੇਜ ਦੀ ਰਾਣੀ ਆ ਉੱਚੀ ਗੱਡੀ ਆ 2012 ਮਾਡਲ ਵੀਡੀ ਆ ਜੀ ਰੇਟ ਰੇਟ ਇਹਦਾ ਹੈਗਾ ਜੀ ਆਪਣਾ 2,60,000 ਰੁਪਏ ਜੀ 2,00,000 ਤੇ 60,000 ਰੁਪਏ ਠੀਕ ਹੈ ਵੀਰੇ ਲੈ ਵੀ ਮਿੱਤਰੋ ਠੀਕ ਆ ਇਹ ਕਾਰਾਂ ਸੀਗੇ ਅੱਜ ਦੀਆਂ ਬਲੈਰੋ ਰਹਿ ਗਈ ਜੇ ਕਿਸੇ ਨੇ ਕਾਰ ਲੈਣੀ ਆ ਹੁਣ ਠੀਕ ਆ ਤਾਂ ਕਾਰ ਲਿਜਾ ਸਕਦੇ ਹੋ ਤੇ ਇੱਕ ਲਾਸਟ ਕਾਰ ਰਹਿ ਗਈ ਆਪਾਂ ਬਲੈਰੋ ਦਿੰਨਾ ਤੁਹਾਨੂੰ ਠੀਕ ਹੈ ਆਪਾਂ ਸਾਨੂੰ ਲਗਭਗ ਆਪਣੇ ਕੋਲ ਜਿਹੜੀ ਮੀਡੀਅਮ ਕਲਾਸ ਸਾਰੀ ਵੈਰਾਈਟੀ ਸਾਰੀ ਵੈਰਾਈਟੀ ਹੈਗੀ ਆ ਹਾਈ ਕਲਾਸ ਵੀ ਹੈਗੀ ਆ ਮਰਸੀ ਆਈ ਜਾਂਦੀਆਂ ਨੇ ਗੱਡੀਆਂ ਹੋ ਸਕਦਾ ਕੋਈ ਹੋਰ ਆ ਜੇ ਨਾਲ ਹੁੰਦੇ ਇਹ ਨੀਵਾ ਮਾਡਲ ਲੱਗਦੀ ਇਹ ਹੈ ਇਹ 2010 ਹੈ ਜੀ ਅੱਛਾ ਹਾਂ ਸਹੀ ਜੇ ਓਰੀਜਨਲ ਪੇਂਟ ਚ ਸਾਰੀ ਆਮ ਤੌਰ ਤੇ ਕੀ ਹੁੰਦਾ ਇਹਨੂੰ ਜਰ ਜੁਰ ਲੱਗ ਜਾਂਦੀ ਆ ਹੋਰ ਮਤਲਬ ਬਿਲਕੁਲ ਸਾਫ ਕਾਰ ਹੈ ਨਾ ਓਕੇ ਆ ਸਾਰੀ ਬਿਲਕੁਲ ਸਾਫ ਲਾਈਨ ਦੀ ਸਿੱਧੀ ਕਾਰ ਦੇਖੋ ਬਈ ਹਨਾ ਚੈੱਕ ਕਰ ਲਓ ਅੰਦਰ ਚਾਸੀ ਵਗੈਰਾ ਚੈੱਕ ਕਰ ਲਓ ਕੋਈ ਕਿਸੇ ਪਾਸੇ ਰਸਟਿੰਗ ਵਗੈਰਾ ਕੁਝ ਨਹੀਂ ਕਿਸੇ ਪਾਸੇ ਨਾ ਕੱਲੇ ਟਾਇਰ ਪੈਨ ਵਾਲ ਨੇ ਬਈ ਗੱਡੀ ਦੇ ਬਿਲਕੁਲ ਬਿਲਕੁਲ ਠੀਕ ਹੈ ਤੇ ਚੈੱਕ ਕਰੋ ਅੰਦਰੋਂ ਕਾਰ ਯੂਸੀ ਫਕਰ ਸ਼ਰ ਦੀ ਸਾਰਾ ਕੁਝ ਐਨ ਓਕੇ ਹੈ ਗੱਡੀ ਉਹ ਕਿਨਾਂ ਨੂੰ ਬਈ ਕੁਝ ਨਹੀਂ ਹੁੰਦਾ ਮਹਿੰਦਰਾ ਗਿਆ ਥੋੜਾ ਬੋਤਾ ਜਿਹੜੀਆਂ ਸੀਟ ਸੂਟ ਕਵਰਾਂ ਦਾ ਕੰਮ ਹੈ ਹੋ ਜੂ ਜਾਂ ਤਾਂ ਨਹੀਂ ਵਿੱਚ ਹੀ ਦੇ ਦਾਂਗੇ ਕਰਾ ਕੇ ਠੀਕ ਹੈ ਅੱਛਾ 10 ਮਾਡਲ ਹੈ ਮੋੜਦੇ ਨਹੀਂ ਰੇਟ ਇਹਦਾ 3,00,000 ਰੁਪਏ ਜੀ 3,00,000 ਟਾਇਰ ਸਹੀ ਕਰਾ ਕੇ ਦਵਾਂਗੇ ਤੁਹਾਨੂੰ ਸੀਟ ਕਰੂਗਾ 3,00,000 ਜ਼ਿਆਦਾ ਨਹੀਂ ਘਟਾ ਲਓ ਘਟਾ ਦਾਂਗੇ ਕੋਈ ਲੈ ਵੀ ਮੌਕੇ ਤੇ ਮੰਨਦਾ ਹੋ ਜੂ ਬਈ ਹਨਾ ਪੰਜਾਬ ਨੰਬਰ ਦੀਆਂ ਕਾਰਾਂ ਅੱਜ ਲਗਭਗ ਸਾਰੀਆਂ ਕਿਸੇ ਨੇ ਵੀ ਕੋਈ ਕਾਰ ਲੈਣੀ ਆ ਤਾਂ ਤੁਸੀਂ ਉਹਨੂੰ ਕਾਲ ਕਰ ਲਿਓ ਨੰਬਰ ਮੈਂ ਸਕਰੀਨ ਤੇ ਪਾਤੇ